जेड़ा आईलैट्स वाले का रौला पै गया ये बहुत वधिया गल हुई। लखां मुंडे बर्बाद होने तो बच गए। कारण यह आ क्योंकि बड़े पद्धर ते हुण इह काम चल पिया सीगा। हरेक ही जो कोई मेरे वर्गे तो पुछदा सी किसे तो पुछदे सी ब्याह च बैठे हुंदे जां पार्टी ते हुंदे भी भरावा तू किवें करेगा तू हुण प्लस टू कर ली जां बीए कर ली भी दुबारा नौकरी लग्गे की करेगा। ना जी मेरी तो गर्लफ्रेंड आईलैट्स करी जांदी आ मेरी तो रिश्तेदारी च गांह साक कराउणगे ओह आईलैट्स करी जांदे आ। इसे काम दी होया वैसी मुल्क। एक गल होर सी जे कोई बचोला पै के इहो जिहा रिश्ता कराउंदा सी ना पता की सी घर दे जिथे कुड़ी दा रिश्ता करदे सी उथे मुंडे दा प्यो कह जांदा सी वी इह कुड़ी ने साडे घर दी नूह राणी बणनागा आपां इहनां तों कोई इहो जिहा प्रूफ ना लईए वी जिहदे नाल इहनां दी बेइज्जती हो जाए कुड़ी वालिआं दी। इह गल हुंदी सी साडे रिश्तेदारी च होया। उह कहिंदे वी आईलैट्स वालिआं दा वी आ रिहा साक ते वी किवें करिए। ਉਹ ਕੀ ਕਹਿੰਦਾ ਮੁੰਡੇ ਦਾ ਪਿਓ ਕਹਿੰਦਾ ਕਹਿੰਦਾ ਆਪਾਂ ਕੁੜੀ ਵਾਲੇ ਤੋਂ ਕੁਛ ਵੀ ਨਹੀਂ ਲੈਣਾ। ਉਹ ਬਚੋਲਾ ਕਹਿੰਦਾ ਵੀ 2 ਕਿੱਲੇ ਆਪਾਂ ਬਾਹਣ ਨਾਉ ਕਰਵਾ ਦਿੰਨੇ ਆ। ਕਹਿੰਦਾ ਨਹੀਂ ਨਹੀਂ ਉਹ ਤਾਂ ਆਪਣੀ ਨੂਹ ਰਾਣੀ ਆਪਣੀ ਘਰ ਦੀ ਬਣ ਜੂਗੀ ਆਪਾਂ ਨੂੰ ਇਹ ਕਰਨ ਦੀ ਲੋੜ ਨਹੀਂ। ਇਹ ਸੰਗ ਸੰਗ ਚ ਵੀ ਠੱਗੀਆਂ ਵੱਜ ਰਹੀਆਂ ਸੀ। ਇਹ ਬਹੁਤ ਵਧੀਆ ਕੰਮ ਹੋ ਗਿਆ। ਪਹਿਲੀ ਗੱਲ ਤਾਂ ਮੈਂ ਮੁੰਡਿਆਂ ਨੂੰ ਕਹਿਣਾ ਚਾਹੁੰਦਾ ਉਹ ਵੀ ਐਡੀ ਅੱਗ ਕਿਹੜੀ ਲੱਗੀ ਹੈ ਵੀ ਉਧਰ ਕਿਹੜਾ ਦਰਖਤਾਂ ਨੂੰ ਲੱਗ ਜਾਏ ਡਾਲਰ। ਪਹਿਲੀ ਗੱਲ ਤਾਂ ਭਰਾਵੋ ਇੱਥੇ ਪੰਜਾਬ ਦਾ ਸਿਸਟਮ ਸੈੱਟ ਕਰੋ। ਵਿੱਚ ਕਹਿੰਦੇ ਵੀ ਅਸੀਂ ਬਾਹਰ ਤਾਂ ਜਾਂਦੇ ਵੀ ਪੰਜਾਬ ਦਾ ਸਿਸਟਮ ਖਰਾਬ ਆ। ਸੈੱਟ ਕਰੂ ਕੌਣ ਜੇ ਸਿਸਟਮ ਖਰਾਬ ਆ? ਸੈੱਟ ਤਾਂ ਤੁਸੀਂ ਕਰਨਾ ਨਾ। ਜੇ ਕਿਸੇ ਨੂੰ ਕਹਿ ਦਈਏ ਵੀ ਆ ਜਾਓ ਯੂਨੀਅਨ ਦੇ ਧਰਨੇ ਤੇ ਚੱਲੀਏ ਜਾਂ ਕਿਸਾਨਾਂ ਦੀ ਲੜਾਈ ਲੜੀਏ ਜਾਂ ਹੋਰ ਕੰਮ ਕਰੀਏ, ਕਹਿੰਦਾ ਨਾ ਬਾਈ ਮੈਂ ਤਾਂ ਇਹ ਲੜਸ ਵਾਲੀ ਨਾਲ ਵਿਆਹ ਕਰਾਈ ਫਿਰਦਾ, ਮੇਰੇ ਤਾਂ ਪਰਚਾ ਬਾਜੂ ਮੈਂ ਨਹੀਂ ਜਾਂਦਾ। ਪਹਿਲਾਂ ਤਾਂ ਇੱਥੋਂ ਤੁਸੀਂ ਭਜਦੇ ਹੋ, ਜਦੋਂ ਤੁਹਾਡੀਆਂ ਆਪਦੀਆਂ ਜੜਾਂ ਇੱਥੇ ਸਹੀ ਨਹੀਂ ਤੇ ਤੁਸੀਂ ਬਾਹਰ ਜਾ ਕੇ ਕਿੱਧਰ ਜੜਾਂ ਲਾ ਲਓਗੇ? ਹਾਲਾਂਕਿ ਮੈਂ ਕੈਨੇਡਾ ਅਮਰੀਕਾ ਨੂੰ ਮਾੜੇ ਨਹੀਂ ਕਹਿੰਦਾ, ਜਿੰਨੇ ਉੱਥੇ ਪੰਜਾਬੀ ਗਏ ਆ ਉਹਨਾਂ ਨੇ ਬਹੁਤ ਤਰੱਕੀ ਕੀਤੀ ਆ, ਉਹਨਾਂ ਨੇ ਉਦੋਂ ਲੜਨ ਚ ਵੀ ਵੱਡਾ ਯੋਗਦਾਨ ਪਾਇਆ, ਉਹ ਪੰਜਾਬ ਚ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਆ। ਉਹ ਐਨ ਆਰ ਆਈ ਦਾ ਦਿਲੋਂ ਧੰਨਵਾਦ ਕਰਦਾ। ਗੱਲ ਜਿਹੜੀ ਆ ਨਵਿਆਂ ਦੀ ਅੱਤ ਚੱਕੀ ਆ, ਠੀਕ ਆ, ਇਹਨਾਂ ਦੀ ਐ ਨਹੀਂ ਹੈਗਾ ਵੀ ਇੱਥੇ ਕੁਛ ਕਰ ਲਈਏ। ਬਿਹਾਰੀ ਤਾਂ ਤੁਹਾਡੇ ਆ ਕੇ IPS ਲੱਗੀ ਜਾਂਦੇ ਆ ਤੇ ਤੁਸੀਂ ਭਰਾਵੋ ਆਈਲੈਟਸ ਦੀ ਜ਼ੋਰ ਆ, ਤੇ ਫਿਰ ਇਹੋ ਜਿਹਾ ਕੁਛ ਹੀ ਹੋਣਾ ਸੀ। ਹੁਣ ਆ ਜਾਓ ਕੁੜੀਆਂ ਤੇ। ਕੁੜੀਆਂ ਨੂੰ ਮੈਂ ਬੇਨਤੀ ਪਹਿਲਾਂ ਤਾਂ ਉਹਨਾਂ ਨੂੰ ਕਰਨਾ ਚਾਹੁੰਦਾ ਵੀ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਆ ਜਿਹੜੀਆਂ ਵਿਆਹ ਕਰਾ ਕੇ ਗਈਆਂ, ਇੱਕ ਤਾਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਕੁੱਲ ਮੁੰਡੇ ਨੂੰ ਇੱਥੋਂ ਲੈ ਜਾਓ, ਠੀਕ ਆ। ਜੇ ਮੰਨ ਲਓ ਤੁਹਾਡੇ ਬਾਹਰ ਜਾ ਕੇ ਕਿਤੇ ਹੋਰ ਸੰਬੰਧ ਬਣ ਜਾਂਦੇ ਆ, ਪਹਿਲੀਆਂ ਤਾਂ ਬਣਾਉਣੇ ਨਹੀਂ ਚਾਹੀਦੇ, ਮੈਂ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਕਹਿੰਦਾ। ਜੇ ਬਣ ਵੀ ਜਾਂਦੇ ਆ ਕੇਰਾਂ ਇਧਰੋਂ ਮੁੰਡਾ ਚੱਕ ਕੇ ਕੈਨੇਡਾ ਲੈ ਜਾਓ, ਜਿਹੜਾ ਮੰਨ ਲਓ 1 ਸਾਲ ਦਾ ਸੌਦਾ ਹੋਇਆ ਉਹ ਤਾਂ ਨਿਬੜੇ ਤੁਹਾਡਾ। ਹੁਣ ਵਿੱਚ ਕਹਿ ਦਿੰਦੇ ਆ ਵੀ ਯਾਰ ਤਾਂ ਸੌਦੇ ਵਾਲੀਆਂ ਗੱਲਾਂ ਸੀ, ਸੌਦੇ ਵਾਲੀਆਂ ਗੱਲਾਂ 'ਚ ਇਹੋ ਜਿਹਾ ਤੁਸੀਂ ਹੋਣਾ? ਚਲੋ ਠੀਕ ਆ ਵੀ ਮੁੰਡੇ ਵਾਲੇ ਨੇ ਸੌਦਾ ਕਰ ਲਿਆ ਕੁੜੀ ਵਾਲੇ ਨਾਲ ਜਾਂ ਕੁੜੀ ਵਾਲੇ ਨੇ ਮੁੰਡਿਆਂ ਨਾਲ ਕਰ ਲਿਆ ਵੀ ਕੁੜੀ ਗਰੀਬ ਕਰਦੀ ਆ, ਫਿਰ ਇਹਨੂੰ ਸੌਦੇ ਨੂੰ ਨਿਭਾਉਤਾ ਸੀ। ਚਲੋ ਕੁੜੀ ਨਾ ਸਾਰੀ ਉਮਰ ਨਾਲ ਰਹੇ, ਉਹ ਮੁੰਡੇ ਵੀ ਚੱਕ ਕੇ ਕਿਹੜਾ ਕੈਨੇਡਾ ਦਾ ਛੱਡ ਦੇਣਾ, ਉਹਦਾ ਕਿਹੜਾ ਉੱਥੇ ਕੰਮ ਚੱਲਦਾ ਹੋਵੇ? ਸਰੀਕ ਦਾ ਤਾਨੇ ਮਿਹਨੇ ਮਾਰਨੋਂ ਹਟੇ ਨਾ। ਪਹਿਲਾਂ ਜਿਹੜੀਆਂ ਹੁਣ ਕੁੜੀਆਂ ਗਈਆਂ ਵੀ ਆ ਫਾਈਲ ਲੱਗੀ ਵੀ, ਇੱਕ ਤਾਂ ਉਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਭਾਈ ਸਾਰੇ ਮੁੰਡਿਆਂ ਨੂੰ ਉੱਥੇ ਲੈ ਕੇ ਜਾਓ। ਇੱਕ ਜਿਹੜੇ ਨਵੇਂ ਕਰਾਉਣਗੇ ਹਜੇ ਹਟਦੇ ਨਹੀਂ ਇਹ, ਇਹ ਪੰਜਾਬੀ ਨਾ ਪੱਤਨ ਚੱਟ ਕੇ ਮੁੜਦੇ ਆ, ਜਿਹੜੇ ਨਵੇਂ ਕਰਾਉਣਗੇ ਉਹ ਭਰਾਵੋ ਆਪਦਾ ਕੋਈ ਪੱਕੇ ਇੰਤਜ਼ਾਮ ਕਰਕੇ ਕਰਾਇਆ ਕਰੋ, ਠੀਕ ਆ। ਇੱਕ ਜਿਹੜੀਆਂ ਕੁੜੀਆਂ ਅੱਜ ਇਹਨਾਂ ਨੂੰ ਇੱਥੇ ਰੁਲਦੇ ਫਿਰਦੇ ਮੁੰਡੇ ਉੱਧਰ ਹੋਰ ਸੰਬੰਧ ਬਣਾਈ ਫਿਰਦੀਆਂ ਜਾਂ ਕੁਛ ਵੀ ਲਾ ਲਾ, ਕਿਉਂਕਿ ਮੈਂ ਧੀਆਂ ਭੈਣਾਂ ਨੂੰ ਮਾੜੀਆਂ ਨਹੀਂ ਕਹਿੰਦਾ ਪਰ ਸੱਚਾਈ ਬੋਲ ਰਿਹਾ ਹਾਂਗਾ, ਉਹ ਭਾਈ ਕੇਰਾਂ ਇਹਨਾਂ ਨੂੰ ਉੱਥੇ ਲੈ ਜਾਓ, ਠੀਕ ਆ। ਕੇਰਾਂ ਇਹਨਾਂ ਦਾ 40 ਲੱਖ ਦਾ ਤਾਂ ਮੁੱਲ ਮੋੜੋ, ਠੀਕ ਆ। ਇਹੀ ਬੇਨਤੀਆਂ, ਬਾਕੀ ਭਰਾਵੋ ਹੁਣ ਬਚ ਜਾਓ। ਹੁਣ ਐਡਾ ਵੱਡਾ ਰੌਲਾ ਪੈ ਕੇ ਵੀ ਜੇ ਤੁਸੀਂ ਖੂਹ ਖਾਤਿਆਂ 'ਚ ਡਿੱਗਣਾ ਤਾਂ ਫਿਰ ਡਿੱਗੀ ਚੱਲੋ, ਤੇ ਤੁਹਾਡੇ ਨਾਲ ਠੱਗੀਆਂ ਐਂ ਹੋਣਗੀਆਂ। ਪਹਿਲੀ ਗੱਲ ਤਾਂ ਇੱਕ ਅੱਗ ਬੜੀ ਭੜੀ ਲੱਗ ਗਈ, ਹੋਰ ਤਾਂ ਕੁਛ ਕਰਕੇ ਰਾਜੀ ਨਹੀਂ ਬਦੰਦਰ। ਮੈਂ ਕੈਨੇਡਾ ਜਾਣਾ ਜੀ, ਮੈਂ ਅਮਰੀਕਾ ਨਾ, ਮੈਂ ਨਹੀਂ ਕਹਿੰਦਾ ਵੀ ਉੱਥੇ ਨਾ ਜਾਓ ਜਾਂ ਵੀ ਉੱਥੇ ਜਾਣਾ ਮਾੜਾ ਗਾ ਜਾਂ ਉਹ ਦੇਸ਼ਾਂ ਨੇ ਸਾਨੂੰ ਕੁਛ ਦਿੱਤਾ ਨਹੀਂ। ਉਹ ਦੇਸ਼ ਨਾ ਹੁੰਦੇ ਤਾਂ ਅੱਜ ਸਾਡਾ ਵਰਲਡ 'ਚ ਨਾਂ ਨਾ ਫੈਲਦਾ, ਨਾ ਅਸੀਂ ਅਮੀਰ ਹੁੰਦੇ, ਨਾ ਅਸੀਂ ਐਡੇ ਕੰਮ ਕਰ ਸਕਦੇ ਜਿਹੜੀਆਂ ਸੇਵਾ ਸੋਸਾਇਟੀਆਂ ਚੱਲਦੀਆਂ ਜਾਂ ਕੁਛ ਉਹ ਹੋਰ ਚੱਲ ਰਿਹਾ ਹੈਗਾ, ਠੀਕ ਆ। ਮੈਂ ਇਹ ਗੱਲ ਨਹੀਂ ਕਹਿੰਦਾ, ਗੱਲ ਤਾਂ ਇਹ ਆ ਭਰਾਵੋ ਫਿਰ ਜਾਂ ਤਾਂ ਆਪਦਾ ਦਮ ਤਿਖਾਓ ਆਪਦੇ ਦਮ ਤੇ ਜਾਂ ਫਿਰ 2 ਨੰਬਰ 'ਚ ਟੱਪ ਜਾਓ। ਪਤਾ ਕੀ ਗੱਲ ਆ, ਜਦੋਂ ਆਪਾਂ ਮੰਨ ਲਓ ਜਿਹੜੀ ਕੁੜੀ ਨਾਲ ਵਿਆਹ ਕਰਾਉਣੇ ਆ ਉਹਨੂੰ ਵੀ ਆਪਾਂ ਕਿੱਲਾ ਵੇਚ ਕੇ ਭੇਜਦੇ ਆ ਪੱਤੀ ਆ ਜੱਟਾਂ ਕੋਲੇ, ਕੀ ਆ ਜੇ ਤਕੜੇ ਹੁੰਦੇ ਆਪਾਂ ਕਿਸਾਨ ਜੱਟ ਤਾਂ ਫਿਰ ਬਾਹਰ ਜਾਣ ਦੀ ਵੀ ਲੋੜ ਨਹੀਂ ਸੀ। ਫਿਰ ਜਦੋਂ ਕਿੱਲਾ ਵੇਚ ਕੇ ਉਹਨੂੰ ਭੇਜਦੇ ਆ ਆਪਣੀ ਨੂੰਹ ਰਾਣੀ ਤਾਂ ਕਿੱਲਾ ਹੋਲਡ ਆ ਦਿਓ, ਫਿਰ ਵਰਕ ਪਰਮਿਟ ਤੇ ਜਾਵੋ ਆਪਦੇ ਸਿਰ ਤੇ ਜਾਵੋ ਜਦੋਂ ਇੰਨਾ ਕੁਛ ਹੋ ਰਿਹਾ ਹੈਗਾ। ਤੇ ਕੁੜੀਆਂ ਨੂੰ ਵੀ ਬੇਨਤੀ ਕਰਦਾ ਵੀ ਇਹੋ ਜਿਹਾ ਕੁਛ ਨਾ ਕਰੋ ਯਾਰ, ਇਹ ਤਾਂ ਕੰਮ ਹੀ ਬਹੁਤ ਗਲਤ ਆ ਯਾਰ। ਇਸ ਹਿਸਾਬ ਨਾਲ ਤਾਂ ਫਿਰ ਖੁਦਕਸੀਆਂ ਦੇ ਰਾਹ ਪੈਣੇ ਹੀ ਪੈਣਾ ਯਾਰ। ਕਿਹੜੇ ਪਾਸੋਂ ਸਹੀ ਰਹਿ ਗਏ ਅਸੀਂ? ਨੌਕਰੀ ਸਾਨੂੰ ਨਹੀਂ ਮਿਲ ਰਹੀ, ਬਾਹਰ ਨਾ ਸਾਡੇ ਨਾਲ ਐਂ ਠੱਗੀਆਂ ਹੋਣ ਲੱਗੀਆਂ। ਸਾਡੇ ਕੋਲ ਰਾਸਤਾ ਦੱਸੋ ਕੀ ਬਚ ਗਿਆ? ਰਾਸਤਾ ਇੱਕ ਆ ਸਰਕਾਰ ਨਾਲ ਲੜਨ ਦਾ, ਉਹ ਤੁਸੀਂ ਲੜ ਕੇ ਨਹੀਂ ਰਾਜੀ। ਅਸੀਂ ਜੇਲ੍ਹ 'ਚ ਨਹੀਂ ਜਾਣਾ, ਅਸੀਂ ਪਰਚੇ ਨਹੀਂ ਪਵਾਉਣੇ, ਤਾਂ ਫਿਰ ਇਹੀ ਕੁਛ ਹੋਊਗਾ ਤੁਹਾਡੇ ਨਾਲ।
जागरूक हो गए लीडरां नूं पुछो ना संभाल भी असीं बाहर की कर रही है ना सानूं इत्थे जॉबां मिलन बिहारियां नूं भी जॉबां इधर मिली जांदियां आ जा आंदियां कुलचे दी रेहड़ियां जां दा काम चलाई जांदे आ सानूं भी इही खड़ा एक जे सानूं आए आ ना भी असीं डालर कमाई लवांगे एक झुट्टी इत्थे भी देख लिया करो चंडीगढ़ दिल्ली बंबे 50,000 रुपया लै जा करो जे तां उहदा तुसीं 2,00,000 बना ले फिर तां कनेडा नाल पंगा लिया करो नहीं सुक्के च ना लिया करो भी इधरों सारा कुछ बकाया दूं पहला तो इधरों इन्हों का किला दो किले मेरे वर्ग के प्यो दे धरे होंगे मुड़ के इधरों मेरा प्यो फोन करी जाता भी भाई इधरों पैसे भेजो सारे नाल ही होंगी ना फिर उधरों नहीं हाथों भेजे जाते जो उत्थे कहना हड्डियां जान सार सैटिंग हो जाती है सारे कितने औखा तुसी दूर ना जाओ इतने नेड़े जाते बठिंडे बरनाले लुधियाने जाके नवा घर बसाओ कड़छी तो लैके सारा कुछ बनाना हो चीज निकल जाओ बंदे की इसलिए भरावो आप भी कुछ इतने कर लो तो कुड़िया की भी गलती है जे यह कुछ कर दी है ना तो बस यही गल्ला मत सी धन्यवाद वीडियो वधिया लगी शेयर कर दियो नहीं डिलीट चक दियो।